ਅਸਲਾਮੁਅਲੈਕਮ ਪਿੰਡ ਵਾਲਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਪਿਛਾਂ ਪਿਛਾਂ ਹੋ ਜਾਓ ਆਪਣੇ ਆਪਣੇ ਸੋਟਿਆਂ ਨੂੰ ਹੱਥ 'ਚ ਕਰ ਲਓ ਤੇ ਭਾਈ ਜਾਨ ਕੰਨਾਂ ਦੇ ਵਿੱਚ ਹੈਂਡ ਫਰੀ ਲਾ ਲਓ ਇਹ ਅੱਜ ਦੀ ਸਪੈਸ਼ਲ ਵੀਡੀਓ ਇੱਕ ਚਕੁੰਦਰ ਵਾਸਤੇ ਵੀਡੀਓ ਵੇ ਠੀਕ ਹੈ ਇਹ ਟਿਕਟੋਕ ਤੇ ਇੱਕ ਚਕੁੰਦਰ ਜੀ ਫਿਰਦੀ ਹੈ ਭਾਈ ਵੀਡੀਓ ਥੋੜੀ ਲੰਮੀ ਹੈ ਸੁਣਨੀ ਪੈਣੀ ਤੁਹਾਨੂੰ ਮਜਬੂਰੀ ਹੈ ਭਾਈ ਤੁਹਾਡੀ ਇਹ ਚਕੁੰਦਰ ਹੈ ਟਿਕਟੋਕ ਤੇ ਫਿਰਦੀ ਵੀ ਹੈ ਪਿਛਲੇ ਦਿਨਾਂ 'ਚ ਨਾ ਇਹ ਵੀਡੀਓ ਵੇਖੀ ਉਹ ਮੁੰਡਾ ਪਤਾ ਨਹੀਂ ਕੀ ਹੋ ਸੁੱਕਾ ਜਾਂ ਬਾਂਦਰ ਗਿਆ ਭਈ ਮੈਂ ਫਲਾਣਾ ਤਾਰੂ ਉਹ ਜੋ ਦੋਲੇ ਛੋਲੇ ਪਰਦਾ ਕਿ ਕੀ ਨਾ ਇਹ ਚਪੇੜ ਮਾਰੀਏ ਉਹਨੂੰ ਗੱਛ ਪੈ ਜੇ ਠੀਕ ਹੈ ਇਹ ਜੀ ਤੁਸੀਂ ਲੀਡਰ ਇਸਕੋ ਕਿਉਂ ਬੋਲਦੇ ਹੋ ਲੀਡਰ ਇੱਕ عظیم ਨਾਮ ਹੈ ਬਿਲਕੁਲ ਭਈ ਤੇਰੀ ਗੱਲ ਠੀਕ ਹੈ ਅੰਨੀ ਰਿਆ ਕੋ ਚਾਰਜ ਮਾਤਾ ਪੜ ਲੈਣੀ ਐ ਸਣੀ ਜੇ ਨਹੀਂ ਪੜਿਆ ਤਾਂ ਕੋਈ ਜ਼ਿਹਨ ਚ ਨਾਲੇਜ ਰੱਖ ਲੈਣਾ ਸੀ ਲੀਡਰ ਤੇ ਕੁੰਬੇ ਦਾ ਵੀ ਹੁੰਦਾ ਹੈ ਲੀਡਰ ਤੇ ਕਿਸੇ ਢੋਲੇ ਦਾ ਵੀ ਹੁੰਦਾ ਹੈ ਠੀਕ ਹੈ ਲੀਡਰ ਮੇਰਾ ਮੇਰੀ ਜਾਨ ਇੱਕ ਕਲਾਸ ਦਾ ਵੀ ਹੁੰਦਾ ਮੋਡਰੇ ਜਿਹੜਾ ਜਿਹਨੂੰ ਮੋਨੀਟਰ ਰੱਖਦੇ ਹੋ ਠੀਕ ਹੈ ਜੀ ਲੀਡਰ ਮੇਰਾ ਪੁੱਤ ਤਾਂ ਕਿਸੇ ਪਿੰਡ ਦਾ ਵੀ ਹੁੰਦਾ ਜਿਹਨੂੰ ਤੁਸੀਂ ਚੇਅਰਮੈਨ ਰੱਖਦੇ ਹੋ ਠੀਕ ਹੈ ਜੀ ਇਹ ਟਿਕਟੋਕ ਹੈ ਮੇਰੀ ਜਾਨ ਠੀਕ ਹੈ ਤੁਹਾਨੂੰ ਅਗਰ ਫੇਮ ਨਹੀਂ ਮਿਲ ਰਿਹਾ ਨਾ ਤੇ ਮੇਰਾ ਪੁੱਤ ਤਾਂ ਕੋਈ ਕੰਮ ਇਹੋ ਜਿਹਾ ਕਰੋ ਕਿ ਤੁਹਾਨੂੰ ਫੇਮ ਮਿਲੇ ਰਈ ਜੀ ਵੀ ਡਾਂਸ ਕਰਤਾ ਵੀ ਤੇਰੀ ਫੁੱਫੀ ਨੱਚ ਗਈ ਆ ਕੇ ਉੱਥੇ ਤੁਸੀਂ ਆਪਣੀ ਫੁੱਫੀਸ ਕੋ ਨਾ ਭੇਜਾ ਕਰੋ ਉਧਰ ਠੀਕ ਹੈ ਉਹ ਨੰਬਰ 2 ਮੇਰੀ ਜਾਨ ਐਨੀ ਤੁਹਾਡੇ ਜੀ ਹਿੰਮਤ ਨਹੀਂ ਹੁੰਦੀ ਕਿ ਤੁਸੀਂ ਜਦੋਂ ਭਾਈ ਆਪਣੇ ਨੂੰ ਮਿਲਦੇ ਹੋ ਨਾ ਤੁਹਾਡੀ ਐਨੀ ਤੜਦੀ ਹੁੰਦੀ ਕਿ ਤੁਸੀਂ ਇੱਕ ਤੁਸੀਂ ਗੱਲ ਕਰ ਸਕੋ ਉਦੋਂ ਤੁਹਾਡੇ ਵਰਗੇ ਬੰਦੇ ਭਾਈ ਜੀ ਭਾਈ ਜੀ ਕਰਕੇ ਬੁਲਾਉਂਦੇ ਨੇ ਸਮਝ ਆਈਏ ਆਪਣੀ ਸਿਹਤ ਵੇਖ ਆਪਣੀ ਵਜ੍ਹਾ ਵੇਖ ਠੀਕ ਹੈ ਤੇਰੇ ਕੋਲ ਕਿਹੜਾ ਕੰਟੈਂਟ ਹੈ ਕਿਸੇ ਦੀਆਂ ਕਿਤਾਬਾਂ ਲਿਖੀਆਂ ਪੜ੍ਹਦੇ ਹੋ ਤੁਸੀਂ ਠੀਕ ਹੈ ਤੇ ਮੈਂ ਤੇ ਸਿਆਲਕੋਟ ਮੇਰਾ ਪੁੱਤਰ ਜੀ ਨਾ ਮੈਂ ਹੁਣ ਪਾਕਿਸਤਾਨ ਆ ਜੇ ਐਨੀ ਜਰੂਰਤ ਹੁੰਦੀ ਹੈ ਨਾ ਤੇ ਮੇਰੇ ਘਰ ਦਾ ਜ਼ਮਾਨੇ ਨੂੰ ਪਤਾ ਹੋਵੇ ਤੁਹਾਨੂੰ ਤੇ ਦੂਸਰੀ ਗਲੀ ਚ ਕੋਈ ਬੰਦਾ ਨਹੀਂ ਜਾਣਦਾ ਸਮਝ ਗਏ ਹੋ ਤੇ ਜੇ ਮੇਰਾ ਪੁੱਤਰ ਇਹੋ ਜੀ ਤਾੜ ਜੇ ਖਾਲੀ ਕੰਟੈਂਟ ਹੀ ਤੁਹਾਡਾ ਵੀਡੀਓ ਪਾਣਾ ਕਿਸੇ ਦੇ ਉੱਤੇ ਹਨਾ ਤੇ ਮੇਰਾ ਬਹੂ ਇਹੋ ਜੀ ਸਸਤੀ ਫੇਮ ਜਿਹੜੀ ਹੁੰਦੀ ਹੈ ਨਾ ਉਹ ਹਾਸਲ ਕਰਨ ਵਾਸਤੇ ਵੀ ਕੋਈ ਅਕਲ ਹੋਣੀ ਚਾਹੀਦੀ ਬੰਦੇ ਨੂੰ ਠੀਕ ਹੈ ਨੈਕਸਟ ਵਾਰ ਮੈਂ ਉਹ ਗੱਲ ਕੀਤੀ ਮੈਂ ਚਪੇੜ ਮਾਰ ਕੇ ਉਥੋਂ ਬਾੜ ਨਾ ਜਿੱਥੋਂ ਤੂੰ ਨਿਕਲਿਆ ਠੀਕ ਹੈ ਤੇ ਇਹ ਮੈਨੂੰ ਚੀਜ਼ਾਂ ਚੁਜ਼ਾ ਨਹੀਂ ਸਿਖਾਣੀਆਂ ਕਿ ਮੈਂ ਪੈਟਰੋਲ ਪੰਪ ਹਾਂ ਮੈਂ ਆਗੇ ਸੇ ਮੇਰੇ ਖਿਲਾਫ ਕਿਸੇ ਨੇ ਵੀਡੀਓ ਚੜਾਈ ਤਾਂ ਮੈਂ ਆਗ ਲਗਾ ਦੂੰਗਾ ਇਹ ਲਗਾ ਦੂੰਗਾ ਠੀਕ ਹੈ ਦਰਾਸ ਦੇ ਮੇਰਾ ਪੁੱਤਰ ਤੂੰ ਮਾਫੀ ਦੀ ਵੀਡੀਓ ਨਾ ਚਾੜੇਗਾ ਨਾ ਤੇ ਮੇਰਾ ਨਾਮ ਹਟਾ ਦੇ ਸਮਝ ਆਈਏ ਤੇ ਇਹੋ ਜੀਆਂ ਰਗਤਾਂ ਨਾ ਕਰੋ ਇੱਥੇ ਚਪੇੜਾ ਮਾਰ ਮਾਰ ਲੋਕ ਨਾ ਬਾਂਦਰ ਬਣਾ ਦਿੰਦੇ ਨੇ ਸਮਝ ਗਏ ਤੇ ਨੈਕਸਟ ਟਾਈਮ ਤੂੰ ਸਾਡੇ ਕਿਸੇ ਬੰਦੇ ਦੀ ਵੀ ਵੀਡੀਓ ਨਹੀਂ ਪਾਣੀ ਮੇਰਾ ਜਾਨ ਮੈਂ ਅਜ ਤੱਕ ਨਾ ਮੇਰੇ ਟਿਕਟੋਕ ਦਾ ਸੂਲ ਏ ਮੈਂ ਕਦੀ ਕਿਸੇ ਦੇ ਉੱਤੇ ਵੀਡੀਓ ਨਹੀਂ ਪਾਈ ਠੀਕ ਹੈ ਉਹ ਨਾਮ ਨੂੰ ਜ਼ਰੂਰਤ ਤੇ ਪਾਣ ਦੀ ਲੇਕਿਨ ਤੂੰ ਬੱਚਾਵੇਂ ਬੱਚਿਆਂ ਨੂੰ ਵੀ ਫੇਮ ਦੇਣਾ ਸਾਡਾ ਹੱਕ ਬਣਦਾ ਲੇ ਆਜਾ ਕਿਸੇ ਦੀਆ ਕਿਤਾਬਾਂ ਪੜ੍ਹ ਕੇ ਤੁਹਾਨੂੰ ਫੇਮ ਮਿਲਿਆ ਮੇਰੀ ਜਾਨ ਇਹੋ ਜੇ ਫੇਮ ਨੂੰ ਅਸੀਂ ਕਿਸੇ ਠੰਗੇ ਦੇ ਵੀ ਨਹੀਂ ਗਿਣਦੇ ਸਮਝ ਗਏ ਫੇਮ ਉਹ ਹੈ ਜਿਹੜਾ ਤੁਹਾਨੂੰ ਰੱਬ ਦਿੰਦਾ ਹੈ ਤੁਹਾਡੇ ਕੋਲ ਆਪਣੀ ਕਿਹੜੀ ਸ਼ਾਇ ਹੈ